माँ के पावन नवरात्रों का आज शुभारंभ हो चुका है। उत्तर भारत के पंजाब के कई जिलों में आज मंदिरों में भक्तों का तांता देखने को मिला। भोर होते ही लोग मंदिर में माँ के दर्शन के लिए पहुँचे। इस दौरान भक्तों ने माँ की पावन ज्योति जगाते हुए माँ शैलपुत्री की पूजा अर्चना की और परिवार और समाज की सुख शांति की कामना की। माता के दरबार को लाइटों और फूलों से सजाया गया। ये जो तस्वीरें हैं ये बटाला के किसी प्रसिद्ध मंदिर की हैं। आप भी डालें इस वीडियो पर एक नज़र। सब तो पहला शहर वासियों नूं महामई दे नवरात्रियां दीआं शुभकामनावां। जिस तरह कि सानूं सारिआं नूं पता है कि महामई दे जदों भी नवरात्रे आउंदे आ माँ दे मंदरां दे विच भगत बहुत हर्षोल्लास दे नाल आउंदे ने। बटाले दे विच नवरात्रियां दा खास महत्व है क्योंकि जिथे महामई दे नौ स्वरूपां दी पूजा हुंदी है उत्थे नाल नाल ही इत्थे लंगूर प्रथा भी है जो कि पूरे वर्ल्ड दे विच सिर्फ दो जगह ते मनाई जाती है। एक अमृतसर दे दुर्गियाना मंदिर, एक बटाले दे श्री काली द्वारा मंदिर। इत्थे महामई दी लंगूर प्रथा दा महत्व यह है कि जदों भी महामई भगतां दीआं झोलियां भरदी है तो वह अपने बच्चों नूं लंगूर दे रूप दे विच अश्विन मास दे नवरात्रियां दे विच मंदिर ਲੈ ਕੇ ਆਉਂਦੇ ਨੇ ਅਤੇ ਸਵੇਰੇ ਸ਼ਾਮ ਮੱਥਾ ਟਿਕਾਉਂਦੇ ਨੇ। ਅਤੇ ਜਦੋਂ ਦੁਸਹਿਰਾ ਹੁੰਦਾ ਹੈ ਦੁਸਹਿਰੇ 'ਤੇ ਮੱਥਾ ਟੇਕ ਕੇ ਇੱਥੇ ਆ ਕੇ ਆਪਣਾ ਚੋਲਾ ਵਧਾ ਦਿੰਦੇ ਆ। ਤੋ ਬਟਾਲੇ 'ਚ ਮਹਾਮਈ ਦੀ ਬਹੁਤ ਕਿਰਪਾ ਹੈ ਅਤੇ ਮੈਂ ਇਹੋ ਹੀ ਮਹਾਮਈ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਆਪਣੀ ਕਿਰਪਾ ਭਰਿਆ ਹੱਥ ਬਟਾਲਾ ਸ਼ਹਿਰ ਵਾਸੀਆਂ ਦੇ ਪੂਰੇ ਦੇਸ਼ ਵਾਸੀਆਂ ਦੇ ਉੱਤੇ ਬਣਾਏ ਰੱਖਣ ਅਤੇ ਇਸ ਤਰ੍ਹਾਂ ਹੀ ਬੱਚਿਆਂ ਦੀਆਂ ਝੋਲੀਆਂ ਭਰਦੇ ਰਹਿਣ। ਜੈ ਮੰਦਰ ਦੇ ਮੰਦਰ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ। ਮੰਦਰ ਦਾ ਇਤਿਹਾਸ ਬਹੁਤ ਪ੍ਰਾਚੀਨ ਹੈ। ਮਹਾਮਾਈ ਦੀ ਜੋ ਪ੍ਰਤਿਮਾ ਹੈ ਇਹ ਸਵੇਂਭੂ ਹੈ। ਸਾਡੇ ਬਜ਼ੁਰਗ ਸਾਡੇ ਦਾਦਾ ਪੜਦਾਦਾ ਜੀ ਇਹ ਪੂਰੀ 9-10 ਜਨਰੇਸ਼ਨਸ ਲਗਾਤਾਰ ਇੱਥੋਂ ਦੀ 9-10 ਪੀੜ੍ਹੀਆਂ ਲਗਾਤਾਰ ਇੱਥੋਂ ਦੀ ਸੇਵਾ ਕਰ ਰਹੇ ਨੇ। ਸਾਨੂੰ ਅਸੀਂ ਬਹੁਤ ਸੌਭਾਗਿਆਸ਼ਾਲੀ ਮੰਨਦੇ ਹਾਂ ਆਪਣੇ ਆਪ ਨੂੰ ਕਿ ਮਾਂ ਨੇ ਆਪਣੇ ਚਰਨੀ ਸਾਨੂੰ ਲਾਇਆ ਦਾ ਅਤੇ ਇਸ ਤਰ੍ਹਾਂ ਹੀ ਅਸੀਂ ਸੇਵਾ ਕਰਦੇ ਰਹੀਏ ਅਤੇ ਮਾਂ ਇਸ ਤਰ੍ਹਾਂ ਹੀ ਸਾਰਿਆਂ ਦੀਆਂ ਝੋਲੀਆਂ ਭਰਦੇ ਰਹਿਣ। ਮਹਾਮਾਈ ਦੀ ਹਾਜ਼ਰੀ 'ਚ ਅਕਾਲੀ ਦੁਆਰੇ ਦਰਬਾਰ ਮਹਾਮਾਈ ਦੀਆਂ ਭੇਟਾਂ ਗਾਉਣ ਦੀ ਸੇਵਾ ਬਖਸ਼ੀ। ਅਸ਼ਵਿਨ ਨਵਰਾਤਰੇ ਸ਼ੁਰੂ ਹੋ ਗਏ, ਬੜਾ ਚਾਅ ਹੈ ਸੰਗਤਾਂ ਨੂੰ। ਇਹ ਮਹਾਮਾਈ ਅਕਾਲੀ ਦੁਆਰੇ ਵਾਲੀ ਦਾ ਦਰਬਾਰ ਹੈ ਔਰ ਸੰਪੂਰਨ ਹਿੰਦੁਸਤਾਨ 'ਚ ਜਿਹੜੇ ਲੰਗੂਰ ਬਣਦੇ ਨੇ ਜਾਂ ਅੰਮ੍ਰਿਤਸਰ ਜਾਂ ਅਸ਼ਵਿਨ ਨਵਰਾਤਰਿਆਂ 'ਚ ਇੱਥੇ ਲੰਗੂਰਾਂ ਦੀ ਪ੍ਰਥਾ ਹੈ। ਲੋਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਜਿਸ ਤਰ੍ਹਾਂ ਵੀ ਉਹਨਾਂ ਦੀ ਸੁਖਨਾ ਹੈ ਉਹਦੇ ਮੁਤਾਬਕ ਲੰਗੂਰ ਬਣਾ ਕੇ ਇੱਥੇ ਮੱਥਾ ਟੇਕਦੇ ਨੇ ਔਰ ਸੰਗਤਾਂ ਇਸ ਦਰਬਾਰ ਤੋਂ ਜੋ ਮੰਗਦੀਆਂ ਮਹਾਮਾਈ ਉਹਨਾਂ ਦੀ ਆਸ ਮੁਰਾਦ ਪੂਰੀ ਕਰਦੀ ਹੈ ਔਰ ਇਸ ਤਰ੍ਹਾਂ ਹੀ ਸੰਗਤਾਂ ਮਾਈ ਦੀ ਹਾਜ਼ਰੀ ਭਰਦੀ ਰਹਿਣ। ਸਾਰਿਆਂ ਨੂੰ ਨਰਾਤਿਆਂ ਦੀ ਬਹੁਤ ਬਹੁਤ ਵਧਾਈ ਹੋਏ। ਜੈ ਮਾਤਾ ਦੀ।